ਰਾਜਾ ਪੀਪਾ ਜੀ ਰਵਿਦਾਸ ਮਹਾਰਾਜ ਜੀ ਦੇ ਕੋਲੋਂ ਨਾਮ ਗਾ ਲੈਣ ਗਏ ਤਾਂ ਹਜ਼ੂਰ ਕਹਿੰਦੇ ਆ ਜਾ ਤੈਨੂੰ ਨਾਮ ਮੰਨ ਲਈ ਆਪਣੇ ਕਿਆ ਕੀਤਾ ਕੁੰਡ ਦੇ ਵਿੱਚੋਂ ਪਾਣੀ ਭਰਿਆ ਤੋ ਰਾਜੇ ਪੀਪੇ ਨੂੰ ਕਿਆ ਜਾਵੇ ਤੋ ਅੰਮ੍ਰਿਤ ਪੀ ਲੈ ਔਰ ਰਾਜਾ ਪੀਪਾ ਨੇ ਆਪਣੀ ਕਿਰਨਾ ਕੀਤੀ ਕਿ ਚਿੰਮਾ ਦਾ ਪਾਣੀ ਮੈਂ ਪੀਵਾਂ ਖਾਲੀ ਕਰ ਦਿੱਤਾ ਔਰ ਬਾਹਰ ਰਾਹੀਂ ਪੌੜੀਆਂ ਰਾਹੀਂ ਕੱਪੜਿਆਂ 'ਤੇ ਜਾ ਕੇ ਆਪਣੇ ਅੰਮ੍ਰਿਤ ਨਹੀਂ ਪੀਤਾ ਇਸੇ ਕਰਕੇ ਉਹਨੇ ਫਿਰ ਫਟਾਫਟ ਕੱਪੜੇ ਧੋਣੇ ਦੇਖ ਕੇ ਆਪਣੇ ਧੋਤੀ ਔਰ ਧੋਤੀ ਕੱਪੜੇ ਲੈ ਕੇ ਗਿਆ ਵੀ ਲੋਕਾਂ ਨੂੰ ਪਤਾ ਨਾ ਲੱਗੇ ਜਮਾਰ ਦੇ ਘਰੋਂ ਅੰਮ੍ਰਿਤ ਪੀਣ ਗਿਆ ਬਾਦਸ਼ਾਹ ਹੋ ਗਿਆ ਅੱਜ ਹੋਈ ਸਿੱਧ ਚਾਨੋ ਬਾਬਾ ਜੀ ਜਮਾਰ ਹੀ ਹੈ ਜਿਹੜੀ ਸਿੱਧ ਦੁਨੀਆ ਮੰਨ ਅਗਰ ਬਾਬਾ ਸਿੱਧ ਚਾਨੋ ਨੂੰ ਨਾ ਮੰਨੀਏ ਤਾਂ ਸੋਚਣੋ ਜਿਹੜਾ ਚਾਹ ਸਵੇਰ ਨੂੰ ਦੁੱਧ ਪਾ ਕੇ ਪੀਣੇ ਕੋਈ ਵੀ ਨਹੀਂ ਪੀ ਸਕਦਾ ਮੇਰੇ ਹਜ਼ੂਰ ਦੀ ਕਿਰਪਾ ਹੈ ਮਾਰ ਦਿੱਤਾ ਡੰਗਰ ਔਰ ਮੌਤ ਇਹਨਾਂ ਦੇ ਹੱਥ ਵਿੱਚ ਬਾਦਸ਼ਾਹ ਨੇ ਕੱਪੜੇ ਦਿੱਤੇ ਉਹਦੀ ਲੜਕੀ ਕੱਪੜੇ ਧੋਣ ਲੱਗੀ ਕੱਪੜੇ ਧੋਤੇ ਦਾਗ ਨਾ ਲੱਥਾ ਰੰਗ ਲਾਉਣ ਲੱਗ ਪਈ ਜੋ ਅੰਮ੍ਰਿਤ ਦਿੱਤਾ ਹੋਇਆ ਉਹਨਾਂ ਵਿੱਚੋਂ ਪਾਣੀ ਦਿੱਤਾ ਹੈ ਜਦ ਅੰਮ੍ਰਿਤ ਦੋ ਬੂੰਦਾਂ ਅੰਦਰ ਗਈਆਂ ਤਾਂ ਉਸ ਬੀਬੀ ਨੂੰ ਦੀਦਾਰ ਹੋ ਗਿਆ ਮੇਰੇ ਪ੍ਰਭੂ ਦਾ ਮੇਰੇ ਈਸ਼ਵਰ ਦਾ ਮੇਰੇ ਖੁਦਾ ਬੰਦ ਜੀ ਹੱਥ ਤਾਲਾ ਦੇ ਦੀਦਾਰ ਹੋਇਆ ਗੁਰੂ ਚਰਨੋ ਭਾਈ ਡੱਲਾ ਜੀ ਹੋ